ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਆਪਣੀ ਤਾਜ਼ਾ ਫਿਲਮ ਕਾਫਿਰ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ ਜਿੱਥੇ ਉਸ ਨੇ ਕਿਹਾ ਕਿ ਸੰਵੇਦਨਸ਼ੀਲ ਮੁੱਦੇ 'ਤੇ ਬਣੀ ਇਹ ਫਿਲਮ ਸਿਨੇਮਿਆਂ ਰਾਹੀਂ ਨਹੀਂ ਸਗੋਂ ਡਿਜੀਟਲ ਮੀਡੀਆ ਰਾਹੀਂ ਦਰਸ਼ਕਾਂ ਅੱਗੇ ਪੇਸ਼ ਕੀਤੀ ਜਾਵੇਗੀ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪੁੱਜੀ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਛੋਟੇ ਪਰਦੇ 'ਤੇ ਆ ਰਹੀ ਫਿਲਮ ਕਾਫਿਰ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ ਆਈ ਹੈ। ਉਹਨਾਂ ਦੱਸਿਆ ਕਿ ਇਸ ਫਿਲਮ ਵਿੱਚ ਕੰਮ ਕਰਨ 'ਤੇ ਉਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਦੀਆ ਮਿਰਜ਼ਾ ਦਾ ਕਹਿਣਾ ਸੀ ਕਿ ਇੱਕ ਸਮਾਂ ਸੀ ਜਦੋਂ ਐਕਟਰ ਵੱਡੇ ਪਰਦੇ ਦੇ ਦੀਵਾਨੇ ਸਨ, ਪਰ ਅੱਜ ਛੋਟੇ ਪਰਦੇ ਲਈ ਵੀ ਇੱਕ ਐਕਟਰ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅੰਮ੍ਰਿਤਸਰ ਆਕਰ ਹਮੇਸ਼ਾ ਅੱਛਾ ਲੱਗਦਾ ਹੈ। ਯੇ ਹਮਾਰੀ ਜੋ ਕਹਾਣੀ ਹੈ ਕਾਫਿਰ, ਜੋ Z5 ਪੇ ਰਿਲੀਜ਼ ਹੋਣੇ ਜਾ ਰਹੀ ਹੈ 15 ਜੂਨ ਕੋ, ਉਸਮੇ ਵਾਹਗਾ ਬਾਰਡਰ ਔਰ ਅੰਮ੍ਰਿਤਸਰ ਕਾ ਬਹੁਤ ਗਹਿਰਾ ਰਿਸ਼ਤਾ ਹੈ। ਔਰ ਆਈ ਥਿੰਕ ਹਮਾਰੇ ਲਈ ਅੱਜ ਬਾਰਡਰ ਪਰ ਜਾਣਾ, ਕਾਫਿਰ ਕੀ ਬਾਤੇ ਆਪ ਸਭਸੇ ਕਰਨਾ ਬਹੁਤ ਮਾਇਨੇ ਰੱਖਤਾ ਹੈ, ਕਿਉਂਕਿ ਯੇ ਇੱਕ ਸਰਹੱਦੇ ਤੋਂ ਇਨਸਾਨ ਬਣਾਤੇ ਹੈ। ਇਹ ਕਹਾਣੀ ਇਨਸਾਨੀਅਤ ਕੀ ਹੈ ਔਰ ਹਮਾਰੀ ਕੋਸ਼ਿਸ਼ ਯਹੀ ਰਹੀ ਹੈ ਕਿ ਜਿਸ ਤਰ੍ਹਾਂ ਸੇ ਖੂਬਸੂਰਤੀ ਸੇ ਇਨਸਾਨੀਅਤ ਕਾ ਪ੍ਰਦਰਸ਼ਨ ਕੀਆ ਹੈ ਇਸ ਕਹਾਣੀ ਕੇ ਦੁਆਰਾ, ਉਹ ਸਭ ਤੱਕ ਪਹੁੰਚੇ ਔਰ ਲੋਗੋ ਮੇਂ ਪਿਆਰ ਔਰ ਆਪਣੇਪਨ ਕਾ ਅਹਿਸਾਸ ਔਰ ਵੀ ਜਗਾਏ। ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰ ਮੋਹਿਤ ਰੈਨਾ ਨੇ ਦੱਸਿਆ ਕਿ ਉਸ ਨੇ ਇਸ ਫਿਲਮ ਵਿੱਚ ਇੱਕ ਪੱਤਰਕਾਰ ਦੇ ਕਿਰਦਾਰ ਨੂੰ ਨਿਭਾਇਆ ਹੈ। ਰੈਨਾ ਨੇ ਦਾਅਵਾ ਕੀਤਾ ਕਿ ਕਾਫਿਰ ਫਿਲਮ ਨੂੰ ਦਰਸ਼ਕ ਭਰਪੂਰ ਹੁੰਗਾਰਾ ਦੇਣਗੇ। ਉਹਨਾਂ ਕਿਹਾ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਆ ਮਿਰਜ਼ਾ ਦੇ ਨਾਲ ਕੰਮ ਕਰਕੇ ਉਹ ਆਪਣੇ ਕੈਰੀਅਰ ਵਿੱਚ ਹੋਰ ਅੱਗੇ ਵਧਿਆ ਹੈ। ਮਿਲਾ ਬਿਕੋਜ਼ ਜੋ ਆਪ ਇਤਨੇ ਸੀਨੀਅਰ ਇਨਸਾਨ ਕੇ ਸਾਥ ਕੰਮ ਕਰਤੇ ਹੈ, ਸੋ ਡੈਫੀਨੇਟਲੀ ਆਪਕੋ ਬਹੁਤ ਕੁਛ ਸੀਖਨੇ ਕੋ ਮਿਲਤਾ ਹੈ। ਮੈਂ ਅਭੀ ਸ਼੍ਰੀਨਗਰ ਮੇਂ ਸ਼ੂਟ ਹੁਆ ਥਾ ਸਰ। ਨਹੀਂ, ਯੇ ਹਮ ਕਸ਼ਮੀਰ ਮੇਂ ਸ਼ੂਟ ਕਰਨੇ ਵਾਲੇ ਥੇ ਇਸਕਾ, ਲੇਕਿਨ ਕੁਛ ਹਾਲਾਤ ਹਮਾਰੇ ਕਿਉਂਕਿ ਬਿਗੜ ਗਏ ਥੇ ਜਬ ਫਰਵਰੀ ਕੇ ਮਹੀਨੇ ਮੇਂ ਇੰਡੀਆ ਔਰ ਪਾਕਿਸਤਾਨ ਕੇ ਬੀਚ, ਉਸ ਸਮੇਂ ਉਨ ਰੀਜ਼ਨਸ ਕੀ ਵਜ੍ਹਾ ਸੇ ਹਮ ਇਸਕੋ ਕਸ਼ਮੀਰ ਮੇਂ ਸ਼ੂਟ ਨਹੀਂ ਕਰ ਪਾਏ। ਇਸਕੋ ਹਮਨੇ ਸੰਗਲਾ ਵੈਲੀ ਜੋ ਹਿਮਾਚਲ ਪ੍ਰਦੇਸ਼ ਕੇ ਪਾਸ ਇੱਕ ਛੋਟੀ ਸੀ ਸ਼ਿਮਲਾ ਸੇ ਨਿਕਲਤੇ ਹੋਏ ਰਸਤਾ ਜਾਤਾ ਹੈ, ਕਲਪਾ ਨਾਮ ਕੇ ਇੱਕ ਛੋਟਾ ਸਾ ਕਸਬਾ ਪੜਤਾ ਹੈ, ਵਹਾਂ ਪੇ ਇਸੇ ਸ਼ੂਟ ਕੀਆ ਥਾ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੋਨੂ ਨਰੂਲਾ ਦੀ ਰਿਪੋਰਟ।